ਸਨੋਅ ਦੇ ਕਾਰਨ ਕਾਰ ਸਕਿਡ ਹੋਣਾ ਜਾਂ ਕਾਰ ਦੇ ਬ੍ਰੇਕ ਨਾ ਲੱਗਣਾ, ਇਹ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ। ਆਟੋਮੋਟਿਵ ਸੈਕਟਰਸ ਦੇ ਮਾਹਿਰਾਂ ਅਨੁਸਾਰ ਸਨੋਅ ਦੇ ਮੌਸਮ ਵਿੱਚ ਕੁਝ ਸਾਵਧਾਨੀਆਂ ਵਰਤ ਕੇ ਅਣਹੋਣੀਆਂ ਅਤੇ ਅਣਸਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। YG ਆਟੋ ਸੇਲਸ ਤੋਂ ਮਨੀ ਬੋਪਾ ਰਾਏ ਦੱਸਦੇ ਹਨ ਕਿ ਸਨੋਅ ਦੇ ਸੀਜ਼ਨ ਵਿੱਚ ਕਾਰ ਵਿੱਚ ਸਨੋਅ ਟਾਇਰ ਪਵਾਉਣਾ ਲਾਜ਼ਮੀ ਹੈ। ਸਨੋਅ ਟਾਇਰ ਅਤੇ ਆਮ ਟਾਇਰਾਂ ਵਿੱਚ ਫਰਕ ਕਰਦੇ ਹੋਏ ਮਨੀ ਬੋਪਾ ਰਾਏ ਦੱਸਦੇ ਹਨ। ਸਨੋਅ ਟਾਇਰ ਅਤੇ ਆਮ ਟਾਇਰ ਦੇ ਵਿੱਚ ਫਰਕ ਇਹ ਹੈਗਾ, ਕਿਉਂਕਿ ਜਦੋਂ ਤੁਹਾਡੇ ਇੱਥੇ ਐਕਸਟ੍ਰੀਮ ਵਿੰਟਰ ਹੁੰਦੀ ਆ, ਜਿਹੜੇ ਆਲ ਸੀਜ਼ਨ ਟਾਇਰ ਜਾਂ ਸਮਰ ਵਾਲੇ ਟਾਇਰ ਹੁੰਦੇ ਆ, ਉਹਨਾਂ ਦੀ ਜਿਹੜੀ ਥਰੈਡ ਹੈਗੀ ਆ ਉਹ ਮਤਲਬ ਸਖਤ ਹੋ ਜਾਂਦੀ ਆ, ਹਾਰਡ ਹੋ ਜਾਂਦੀ ਆ। ਜਿਹੜੇ ਸਨੋਅ ਟਾਇਰ ਹੁੰਦੇ ਆ ਉਹ ਸਟਿਲ ਸੌਫਟ ਰਹਿੰਦੇ ਆ ਅਤੇ ਉਹਨਾਂ ਦੀ ਗ੍ਰਿਪ ਵਧੀਆ ਹੁੰਦੀ ਆ, ਤਾਂ ਕਰਕੇ ਵੀ ਕਾਰ ਸਕਿਡ ਨਾ ਹੋ ਸਕੇ ਅਤੇ ਗ੍ਰਿਪਿੰਗ ਬਣੀ ਰਹੇ, ਜਿਹਦੇ ਕਰਕੇ ਸਨੋਅ ਟਾਇਰ ਇੱਥੇ ਰਿਕਮੈਂਡ ਕਰਦੇ ਆ। ਔਰ ਦੂਜਾ ਚੀਜ਼ ਇਹਦੀ, ਇੱਕ ਸਨੋਅ ਟਾਇਰ ਦਾ ਹੋਰ ਵੀ ਫਾਇਦਾ ਹੈਗਾ, ਉਹ ਤੁਹਾਡੇ ਇੰਸ਼ੋਰੈਂਸ ਦੇ ਵਿੱਚ ਜਿਹੜਾ ਤੁਹਾਨੂੰ ਡਿਸਕਾਊਂਟ ਮਿਲਦਾ। ਬੋਪਾ ਰਾਏ ਅਨੁਸਾਰ ਸਨੋਅ ਦੇ ਸੀਜ਼ਨ ਵਿੱਚ ਕਾਰ ਵਿੱਚ ਸ਼ਬਲ, ਗੈਸ ਦਾ ਟੈਂਕ ਫੁੱਲ ਰੱਖਣਾ ਅਤੇ ਕੰਬਲ ਰੱਖਣਾ ਲਾਜ਼ਮੀ ਹੈ। ਬੋਪਾ ਰਾਏ ਅਨੁਸਾਰ ਕਾਰ ਦੀ ਸਪੀਡ ਆਮ ਨਾਲੋਂ ਘੱਟ ਰੱਖਣੀ ਚਾਹੀਦੀ ਹੈ ਅਤੇ ਕਾਰ ਨੂੰ ਸਕਿੱਡ ਕਰਨ ਤੋਂ ਬਚਾਉਣ ਲਈ ਜ਼ੋਰ ਨਾਲ ਬ੍ਰੇਕ ਨਹੀਂ ਮਾਰਨੇ ਚਾਹੀਦੇ। ਉਹਦੇ ਵਿੱਚ ਥੋੜ੍ਹਾ ਫਾਸਲਾ ਆਪਾਂ ਵਧਾਉਣਾ, ਕਿ ਜਿਵੇਂ ਨੋਰਮਲ ਜੇ ਆਪਾਂ ਲਾ ਲਈਏ ਨਾ ਵੀ 3 ਗੱਡੀਆਂ ਦਾ, ਪਹਿਲੀ ਗੱਡੀ ਤੋਂ ਲੈ ਕੇ 3 ਗੱਡੀਆਂ ਦਾ ਫਾਸਲਾ ਹੋਣਾ ਚਾਹੀਦਾ, ਤਾਂ ਕਰਕੇ ਜੇ ਤੁਹਾਡੀ ਗੱਡੀ ਸਕਿੱਡ ਵੀ ਹੋਵੇ ਤੁਸੀਂ ਉਹਨੂੰ ਰੋਕ ਸਕੋ। ਇੱਕ ਹਾਰਡ ਬ੍ਰੇਕ ਨਹੀਂ ਲਾਉਣੇ, ਜੇ ਤੁਸੀਂ ਹਾਰਡ ਬ੍ਰੇਕ ਲਾਉਂਦੇ ਹੋ ਤਾਂ ਗੱਡੀ ਸਕਿੱਡ ਹੋ ਸਕਦੀ ਆ। ਦੂਜੀ ਚੀਜ਼ ਕਿ ਪੈਡਲ 'ਤੇ ਆਪਣਾ ਗੈਸ ਵਾਲਾ ਜਿਹੜਾ ਪੈਡਲ ਹੈਗਾ ਉਹਦੇ 1 ਲੱਤ ਜੱਕੇ ਮਤਲਬ ਰੇਸ ਨਹੀਂ ਦੇਣੀ, ਉਹਦੇ ਨਾਲ ਵੀ ਕਾਰ ਸਕਿੱਡ ਹੋ ਸਕਦੀ ਆ। ਫਰੀਕੁਐਂਟਲੀ ਲਾਈਨ ਜਿਹੜੀਆਂ ਚੇਂਜ ਹੁੰਦੀਆਂ ਨੇ ਉਹ ਤੁਹਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ, ਮਤਲਬ ਜੇ ਤੁਸੀਂ 1 ਲਾਈਨ ਦੇ ਵਿੱਚ ਜਾਂਦੇ ਹੈਗੇ ਹੋ ਉਹ ਮੋਰ ਗੁੱਡ ਆ। ਬੋਪਾ ਰਾਏ ਦੱਸਦੇ ਹਨ ਕਿ ਸਨੋਅ ਵਾਲੇ ਦਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕੋ ਲਾਈਨ ਵਿੱਚ ਕਾਰ ਨੂੰ ਚਲਾਇਆ ਜਾਵੇ, ਮੋੜ ਮੋੜਨ ਵੇਲੇ ਨਿਰਧਾਰਿਤ ਸਪੀਡ ਤੋਂ ਵੀ ਘੱਟ ਗੱਡੀ ਦੀ ਸਪੀਡ ਰੱਖੀ ਜਾਵੇ। ਜੇਕਰ ਫਿਰ ਵੀ ਕਾਰ ਸਨੋਅ ਵਿੱਚ ਫਸ ਜਾਂਦੀ ਹੈ ਤਾਂ ਇੱਕ ਸਾਰ ਰੇਸ ਦੇਣ ਦੀ ਬਜਾਏ ਥੋੜ੍ਹੀ ਥੋੜ੍ਹੀ ਰੇਸ 'ਤੇ ਸਟੇਅਰਿੰਗ ਨੂੰ 180 ਡਿਗਰੀ 'ਤੇ ਮੋੜਿਆ ਜਾਵੇ। ਜਿਹੜੀ ਹੈਗੀ ਕੋਈ ਵੀ ਟਰਨ ਹੈ, ਜਿਵੇਂ ਪੋਸਟਲ ਹੁੰਦੀਆਂ ਨੇ, ਜਿਵੇਂ ਆਪਾਂ ਹਾਈਵੇ ਤੋਂ ਨਿਕਲਦੇ ਹਾਂ ਜਾਂ ਪੈਂਦੇ ਹਾਂ, ਉੱਥੇ ਲਿਖਿਆ ਹੁੰਦਾ 40 'ਤੇ ਜਾਂ 30 ਕਿਲੋਮੀਟਰ ਦੇ ਹਿਸਾਬ ਨਾਲ, ਹੈ ਨਾ, ਉਹ ਤੋਂ ਵੀ ਸਲੋ ਕਰਕੇ ਜੇ ਤੁਸੀਂ ਗੱਡੀ ਪਾਓਗੇ, ਕਿਉਂਕਿ ਜਦੋਂ ਤੁਸੀਂ ਟਰਨ ਲੈਂਦੇ ਹੋ ਕੋਈ ਵੀ ਉਹਦੇ ਤੋਂ ਗੱਡੀ ਸਕਿੱਡ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ। ਹਾਈ ਬੀਮ 'ਤੇ ਕਾਰ ਚਲਾਉਣਾ ਕੈਨੇਡਾ ਵਿੱਚ ਚਲਾਨ ਹੈ, ਪਰ ਮਨੀ ਬੋਪਾ ਰਾਏ ਦਾ ਕਹਿਣਾ ਹੈ ਕਿ ਜੇਕਰ ਸਨੋਅ ਸਟ੍ਰੋਮ ਆਇਆ ਹੋਵੇ ਜਾਂ ਵਿਜੀਬਿਲਿਟੀ ਲਗਭਗ 0 ਦੇ ਨੇੜੇ ਹੋਵੇ ਤਾਂ ਹਾਈ ਬੀਮ 'ਤੇ ਕਾਰ ਚਲਾ ਕੇ ਜਲਦ ਤੋਂ ਜਲਦ ਕਾਰ ਪਾਰਕ ਇੱਕ ਸੁਰੱਖਿਅਤ ਜਗ੍ਹਾ 'ਤੇ ਕਰਨਾ ਹੀ ਸਮਝਦਾਰੀ ਹੋਵੇਗੀ। ਡਰਾਈਵ ਕਰਦੇ ਹੋਏ ਤਾਂ ਤੁਹਾਡਾ ਵਿੰਡਸ਼ੀਲਡ ਜਿਹੜਾ ਵਾਟਰ ਹੈਗਾ ਉਹ ਤੁਸੀਂ ਓਬਵੀਅਸਲੀ ਪ੍ਰੋਪਰ ਚੈੱਕ ਕਰੋਗੇ ਤੁਸੀਂ ਨਾ, ਉਹ ਤੁਹਾਨੂੰ ਹੈਲਪ ਕਰਦਾ। ਬਾਕੀ ਇਹ ਹੈਗਾ ਕਿ ਅੱਜ ਕੱਲ੍ਹ ਨਵੀਂ ਟੈਕਨੋਲੋਜੀ ਦੀਆਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਆਲਰੇਡੀ ਜਿਹੜਾ ਹੀਟ ਆਉਂਦੀ ਆ ਤੁਹਾਡੇ, ਹੈ ਨਾ, ਗਲਾਸ 'ਤੇ, ਫਸਟ ਗਲਾਸ 'ਤੇ ਤੁਹਾਡੇ ਮਿਰਰ 'ਤੇ ਤੁਸੀਂ ਹੀਟ ਲਾਉਂਦੇ ਹੋ, ਹੀਟ ਲਾ ਕੇ ਰੱਖੋ, ਵਿੰਡਸ਼ੀਲ ਵਾਟਰ ਪ੍ਰੋਪਰ ਰੱਖੋ ਫਿਲ ਕਰਕੇ, ਉਹੀ ਚੀਜ਼ਾਂ ਤੁਹਾਨੂੰ ਹੈਲਪ ਕਰਨਗੀਆਂ। ਸਰਦੀਆਂ ਦੇ ਸੀਜ਼ਨ ਵਿੱਚ ਟੈਂਪਰੇਚਰ ਮਾਈਨਸ ਵਿੱਚ ਹੁੰਦਾ ਹੈ, ਜਿਸ ਕਰਕੇ ਕਾਰ ਦਾ ਇੰਜਨ ਠੰਡਾ ਹੁੰਦਾ ਹੈ। ਮਨੀ ਬੋਪਾ ਰਾਏ ਸਲਾਹ ਦਿੰਦੇ ਹਨ ਕਿ ਘਰੋਂ ਚੱਲਣ ਤੋਂ ਪਹਿਲਾਂ ਕਾਰ ਨੂੰ 2-3 ਮਿੰਟ ਔਨ ਕਰ ਲਵੋ, ਜਿਸ ਨਾਲ ਇੰਜਨ ਗਰਮ ਹੋ ਜਾਵੇਗਾ। ਬਾਹਰ ਗੱਡੀਆਂ ਖੜੀਆਂ ਹੁੰਦੀਆਂ ਨੇ, ਕਾਰਾਂ ਕਈ ਵਾਰ ਖੜੀਆਂ ਹੁੰਦੀਆਂ ਨੇ, ਉਹ ਬਹੁਤ ਐਕਸਟ੍ਰੀਮ ਕੋਲਡ ਦੇ ਵਿੱਚ ਕੋਲਡ ਹੁੰਦਾ, ਤਾਂ ਕਰਕੇ ਇੱਕ ਥੋੜ੍ਹਾ ਜਿਹਾ ਹੀਟ ਅਪ ਹੋ ਜਾਂਦੀ ਹੈ, ਵੈਦਰ ਟੈਂਪਰੇਚਰ ਜਿਹੜਾ ਹੈਗਾ ਗੁੱਡ ਹੋ ਜਾਂਦਾ। ਔਰ ਦੂਜੀ ਚੀਜ਼ ਇਹ ਹੈਗੀ ਹੈ ਕਿ ਸਮੂਥ ਕਰਨ ਲਈ ਕਾਰ ਦੇ ਲਈ, ਜੇ ਤੁਸੀਂ 3-4 ਮਿੰਟ, ਕਿਉਂਕਿ ਪ੍ਰੋਪਰ ਆਇਲ ਸਾਰੇ ਜਗ੍ਹਾ ਚਲਾ ਜਾਵੇ, 2-3 ਮਿੰਟ ਜੇ ਤੁਸੀਂ ਸਟਾਰਟ ਰੱਖਦੇ ਹੋ, ਇਜ਼ ਅ ਗੁੱਡ ਚੀਜ਼ ਆ ਇੰਜਨ ਦੇ ਲਈ। ਸਨੋਅ ਟਾਇਰਸ ਲਈ ਮਨੀ ਬੋਪਾ ਰਾਏ ਦਾ ਕਹਿਣਾ ਹੈ ਕਿ ਸਨੋਅ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਜਦੋਂ ਟੈਂਪਰੇਚਰ 7 ਜਾਂ 8 ਡਿਗਰੀ ਤੋਂ ਹੇਠਾਂ ਆਉਣਾ ਸ਼ੁਰੂ ਹੋ ਜਾਵੇ, ਸਨੋਅ ਟਾਇਰਸ ਇੰਸਟਾਲ ਕਰਵਾ ਲੈਣੇ ਚਾਹੀਦੇ ਹਨ। ਜਸਪ੍ਰੀਤ ਪੰਦੇਰ, ਓਮਨੀ ਨਿਊਜ਼, ਬਰੈਂਪਟਨ।